ਸਮਾਂ ਪਹਿਲਾਂ ਜਦੋਂ ਮੈਂ ਇਸ ਬਾਰ ਦਾ ਪਹਿਲਾਂ ਵੀ ਪ੍ਰੈਜ਼ੀਡੈਂਟ ਸੀ ਉਦੋਂ ਸਾਰੇ ਪੰਜਾਬ ਦੀਆਂ ਬਾਰਾਂ ਦੇ ਜਿੰਨੇ ਪ੍ਰੈਜ਼ੀਡੈਂਟਸ ਇਕੱਠੇ ਹੋ ਕੇ ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀ ਕਿ 5 ਡੇ ਵੀਕ ਹੋਣਾ ਚਾਹੀਦਾ। ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਟਾਈਮ ਇਹਦਾ ਹਿੱਸਾ ਸੀ ਉਸ ਕਮੇਟੀ ਦਾ। ਉਸ ਦੇ ਵਿੱਚ ਚੀਫ ਜਸਟਿਸ ਸਾਹਿਬ ਨੇ 2 ਸੈਟਰਡੇ ਆ ਜਿਹੜੇ ਉਹਨਾਂ ਨੂੰ ਛੁੱਟੀ ਕਰਤੀ ਸੀ ਔਰ 2 ਦੇ ਵਿੱਚ ਰੱਖ ਲਿਆ ਸੀ ਕਿ ਕੋਈ ਕੰਮ ਨਹੀਂ ਹੋਊਗਾ ਕਚਹਿਰੀ ਦੇ ਵਿੱਚ। ਔਰ ਅਸੀਂ ਫਿਰ ਵੀ ਡਿਮਾਂਡ ਸਾਡੀ ਇਹੀ ਰਹੀ ਔਰ ਅਸੀਂ ਕੰਟੀਨਿਊਸਲੀ ਸਾਰੇ ਪੰਜਾਬ ਦੇ ਵਿੱਚ ਸਟ੍ਰਾਈਕ ਹੋ ਰਹੀ ਹੈ। ਸਾਡੀ ਡਿਮਾਂਡ ਇਹ ਹੈਗੀ ਹੈ ਕਿ ਬਾਕੀ ਜਿਵੇਂ ਸਭ ਦੇ 5 ਡੇ ਵੀਕ ਹੈਗਾ, ਸਾਡਾ ਵੀ 5 ਡੇ ਵੀਕ ਕਰਿਆ ਜਾਵੇ। ਹਾਂ, ਜੇ ਟਾਈਮ ਦੀ ਗੱਲ ਹੈਗੀ ਹੈ ਘਟਾਉਣ ਵਧਾਉਣ ਦੀ, ਸਾਨੂੰ ਕੋਈ ਇਤਰਾਜ਼ ਨਹੀਂ। 9:30 ਵਜੇ ਕੋਰਟ ਸ਼ੁਰੂ ਕੀਤੀ ਜਾ ਸਕਦੀ ਹੈ, 4:30 ਵਜੇ ਤੱਕ ਕੀਤੀ ਜਾ ਸਕਦੀ ਹੈ, ਸਾਨੂੰ ਉਸ 'ਤੇ ਕੋਈ ਇਤਰਾਜ਼ ਨਹੀਂ। ਪਰ ਇਹ ਹੈਗਾ ਕਿ ਜਿਹੜੇ 2 ਦਿਨ ਹੈਗੇ ਆ ਉਹਨਾਂ ਦੇ ਵਿੱਚ ਘੱਟੋ ਘੱਟ ਵਕੀਲਾਂ ਦਾ ਜਿਹੜਾ ਟਾਈਪ ਵਰਕ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਆਪਣੇ ਘਰ ਬੈਠ ਕੇ ਜਿਹੜਾ ਹੈਗਾ ਕਰ ਸਕਦੇ ਹੈ। ਪਰ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਆਪਣਾ ਕੋਰਟਾਂ ਜਿਹੜੀਆਂ ਹੈਗੀਆਂ ਆਪਣੇ ਕੰਮ ਨੂੰ ਲੈ ਕੇ ਸਿੰਸੀਅਰ ਹੈਗੀਆਂ, ਉਸੇ ਤਰ੍ਹਾਂ ਸਾਨੂੰ ਟਾਈਮ ਹੀ ਨਹੀਂ ਮਿਲਦਾ ਉਸ ਕਰਕੇ। ਸੋ ਇਸ ਕਰਕੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਮੈਂ ਫਿਰ ਪ੍ਰੈਸ ਨੂੰ ਇਸ ਬਾਰੇ ਦੱਸੂੰਗਾ ਕਿ ਅਸੀਂ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਲੁਧਿਆਣੇ ਦੇ ਵਿੱਚ ਸਾਰੇ ਪੰਜਾਬ ਦੇ ਵਕੀਲਾਂ ਦੀ, ਖਾਸ ਤੌਰ 'ਤੇ ਪ੍ਰਧਾਨਾਂ ਦੀ, ਔਰ ਉਸ ਦੇ ਵਿੱਚ ਅਸੀਂ ਦੁਬਾਰਾ ਫੈਸਲਾ ਇਹ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਬਾਕੀ ਦਿਨਾਂ ਦੀ ਤਰ੍ਹਾਂ ਚੀਫ ਜਸਟਿਸ ਸਾਹਿਬ ਨੂੰ ਮਿਲ ਕੇ ਇਹਨਾਂ 2 ਜਿਹੜੇ ਹੈਗੇ ਆ ਸੈਟਰਡੇ ਫਸਟ ਔਰ ਥਰਡ ਇਹਦੀ ਵੀ ਜਿਹੜੀ ਹੈਗੀ ਆ ਰੈਗੂਲਰ ਛੁੱਟੀ ਕਰ ਦਿੱਤੀ ਜਾਵੇ। ਥੈਂਕ ਯੂ।